ਕਾਰਜ ਕਿਸੇ ਇੱਕ ਬੰਦੇ ਦਾ ਨਹੀਂ ਕਿਸੇ ਇੱਕ ਸੰਸਥਾ ਦਾ ਨਹੀਂ ਸਾਡੇ ਸਾਰਿਆਂ ਦਾ ਦੇਖੋ ਸਾਡੇ ਨਾਲ ਉਹ ਤਾਂ ਜੇ ਜਾਨਵਰ ਵੀ ਚੰਗੇ ਆ ਜੇ ਕੋਈ ਇੱਕ ਜਾਨਵਰ ਦਾ ਐਕਸੀਡੈਂਟ ਹੋ ਜਾਂਦਾ ਨਾ ਤੇ ਪੰਜ ਛੇ ਜਾਨਵਰ ਨਾਲ ਪੱਜਿਆਂ ਦੇ ਉਹਨੂੰ ਚੱਟਣ ਲਾਇਆ ਜਾਂਦੇ ਆ ਉਹਨੂੰ ਸਲਾਹਦੇ ਆ ਤੇ ਇਹ ਬਖਸ਼ਿਸ਼ਾਂ ਨੇ ਸਾਡੇ ਸਾਰਿਆਂ ਦੀ ਡਿਊਟੀ ਬਣਦੀ ਹੈ ਵੀ ਸਾਡੇ ਜੇ ਕੋਈ ਕਮਜ਼ੋਰ ਤਬਕਾ ਸਾਡਾ ਕੋਈ ਮਜਬੂਰ ਤਬਕਾ ਤੇ ਕਿਉਂ ਨਾ ਉਹਨਾਂ ਦੀ ਅਸੀਂ ਵੀ ਉਹਨਾਂ ਨੂੰ ਗਲ ਵਕੜੀ ਨਾਲ ਲਈਏ ਇੱਥੇ ਓਪੀਡੀਜ਼ ਸਿਰਫ 20 ਰੁਪਏ 'ਚ ਆ ਦਵਾਈਆਂ ਸਿਰਫ ਤੇ ਸਿਰਫ ਲਾਗਤ ਮੁੱਲ ਤੇ ਆ ਸਿਰਫ ਤੇ ਸਿਰਫ ਪਾਓ ਵੀ ਫ੍ਰੀ ਨਹੀਂ ਦੇਣੀ ਅਗਲੇ ਨੂੰ ਲੱਗੇ ਤੇ ਜਿਹੜੀ ਵੀ ਦੇਣੀ ਹੈ ਉਹ ਬਿਲਕੁਲ ਰੀਜ਼ਨੇਬਲ ਤੇ ਵਧੀਆ ਦਵਾਈ ਕੰਪਨੀ ਦੀ ਬ੍ਰਾਂਡਡ ਤੇ ਕੰਪਨੀ ਨੇ ਵੀ ਸਾਨੂੰ ਡਿਸਕਾਊਂਟ ਰੇਟਾਂ ਤੇ ਦਿੱਤਾ ਵੀ ਤੁਸੀਂ ਸੇਵਾ ਕਰ ਰਹੇ ਹੋ ਨੇਕੀ ਕਰ ਰਹੇ ਹੋ ਅਸੀਂ ਵੀ ਨੇਕੀ ਕਰੀ ਆਜਾ ਆਜਾ ਪਤਾ ਲੱਗਾ ਹੈ ਕੋਈ ਦੱਸਾਇਆ ਹੈ ਕਿਸੇ ਨੇ ਦੱਸਾਇਆ ਹਾਂ ਆਲਮ ਕੀ ਰਫਤਾਰ ਬਣੀ ਹੋਗੀ ਤਵੀ ਆਏ ਹੈ ਵੀ ਅੱਗੇ ਕਿਸੇ ਕੋ ਬਤਾਓਗੇ ਹਾਂ ਬਤਾਇਆਗੇ ਅਸੀਂ 8-10 ਸਾਲਾਂ ਚ ਦੇਖਿਆ ਵੀ ਕਈ ਪੇਸ਼ੈਂਟਸ ਨਾ ਘਰਾਂ ਚ ਰਹਿ ਜਾਂਦੇ ਆ ਪੈਸੇ ਨਾ ਹੋਣ ਕਰਕੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਆ ਅਜਿਹੇ ਅਜਿਹੇ ਪੇਸ਼ੈਂਟ ਦੇਖੇ ਜਿਹੜੇ 8-8 ਸਾਲਾਂ ਤੋਂ ਜੇ ਕੋਈ ਹੱਡੀਆਂ ਟੁੱਟੀਆਂ ਤੇ ਪੈਸੇ ਨਾ ਨੇ ਤੇ ਘਰ ਇੱਕ ਦੂਰ ਨੇਕੀ ਦਾ ਹਸਪੀਟਲ ਹੀ ਕੱਜ ਪਲੇਟਫਾਰਮ ਬਣ ਕੇ ਨਿਭੜਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਤੇ ਉਹਨਾਂ ਨੂੰ ਅਸੀਂ ਵੀ ਸਾਡੇ ਐਮਓਯੂਜ਼ ਆ ਕਿਸੇ ਹੱਡੀਆਂ ਵਾਲਿਆਂ ਨਾਲ ਆ 15 ਤੋਂ 20000 ਰੁਪਏ ਚ ਟੁੱਟੀ ਹੱਡੀਆਂ ਦੇ ਆਪਰੇਸ਼ਨ ਕਰੀ ਜਾਂਦੇ ਆ ਅੱਖਾਂ ਵਾਲਿਆਂ ਨਾਲ ਐਮਓਯੂ ਸਿਰਫ 2500 ਰੁਪਏ ਚਿੱਟੇ ਮੋਤੀਏ ਦਾ ਲੇਜ਼ਰ ਟੈਕਨੀਕ ਨਾਲ ਆਪਰੇਸ਼ਨ ਮੈਡੀਸਿਨ ਸਮੇਤ ਹੱਥ ਜੋੜ-ਜੋੜ ਬੇਨਤੀ ਆ ਸਾਰਿਆਂ ਨੂੰ ਜੇ ਆਪਜੀ ਆਪਣੇ ਸਾਡੇ ਕੋਲ ਕੁਝ ਵੀ ਹੈ ਪਰ ਅਲ ਮਿਲ ਕੇ ਕਰ ਸਕਦੇ ਆ ਤੇ ਕਰਨਾ ਚਾਹੀਦਾ ਮੈਂ ਫੇਸਬੁੱਕ ਤੇ ਦੇਖਿਆ ਸੀ ਕਿ 420 uh, 450 ਤੇ ਡੈਲਸਸ ਹੁੰਦੇ ਆ ਐਂਡ ਇਟਸ ਅ ਵੈਰੀ ਚੀਪ ਐਂਡ ਬੈਸਟ ਤੇ ਬਾਹਰ ਦੇਖਿਆ ਤਾਂ 5000 ਦੇ ਵਿੱਚ ਜਾਂ 15 ਦੇ ਨਿਊ ਡਲਾਈਜ਼ਰ ਲੱਗਦਾ ਆ ਜੇ ਚੇਂਜ ਹੁੰਦਾ 900 ਚ ਲੱਗਦਾ ਆ ਐਂਡ ਇਟਸ ਅ ਵੈਰੀ ਚੀਪ ਜੇ ਇੱਥੇ ਸੰਗਤ ਵੱਲੋਂ ਮਾਇਆ ਆਈ ਜਾਏਗੀ ਸੰਗਤ ਦੀ ਸੇਵਾ ਹੋਈ ਜਾਣੀ ਆ ਤੇ ਸਾਨੂੰ ਪੂਰਾ ਭਰੋਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੀ ਇਸ ਪਵਨ ਧਰਤੀ ਤੇ ਹੈ ਹਸਪੀਟਲ ਉਹਨਾਂ ਨੇ ਆਪ ਖੋਲ੍ਹਿਆ ਜਿਵੇਂ ਭਾਈ ਕਨਈਆ ਜੀ ਨੂੰ ਥਾਪੜਾ ਦਿੱਤਾ ਸੀ ਨਾ ਤੇ ਭਾਈ ਕਨਈਆ ਜੀ ਨੇ ਕਮਾਲ ਕਰ ਦਿੱਤੀ ਹਨਾ ਮਾਨਸ ਕੀ ਜਾਤ ਸਭ ਐ ਇੱਕਿਆ ਪਹਿਚਾਨ ਉਹਦਾ ਪੂਰਾ ਨਾਰਾ ਬੁਲੰਦ ਹੋਇਆ ਤੇ ਉਵੇਂ ਇੱਥੇ ਸਰਬੱਤ ਦਾ ਭਲਾ ਦਾ ਨਾਰਾ ਬੁਲੰਦ ਹੋ ਰਿਹਾ ਗੁਰਗੋਬਨ ਸਿੰਘ ਮਹਾਰਾਜ ਪਾਸ਼ਾ ਨੇ ਆਪ ਥਾਪੜਾ ਦੇ ਕੇ ਆਪਣੇ ਚਰਨਾਚਸ ਹਸਪੀਟਲ ਨੂੰ ਖੁਲਵਾਇਆ ਤੇ ਇੱਥੇ ਜਦੋਂ ਤੱਕ ਵੀ ਇਲਾਜ ਹੋਣਗੇ ਤੇ ਸਾਡਾ ਇੱਕੋ ਸੀਨਾ ਇੱਕੋ ਮਕਸਦ ਹੈ ਇੱਕੋ ਵਿਜਨ ਹੈ ਜੇ ਇਲਾਜ ਹੋਣਾ ਤੇ ਸੇਵਾ ਭਾਵਨਾ ਨਾਲ ਹੋਵੇ ਨਹੀਂ ਤਾਂ ਭਾਵੇਂ ਬੰਦ ਹੋ ਜੇ 10 ਰੁਪਏ 20 ਰੁਪਏ ਚ ਟੈਸਟ ਆ 20 ਰੁਪਏ ਚ ECG ਆ 50 ਰੁਪਏ ਚ CBC ਆ ਦੈਟ ਮੀਨਸ 75 ਤੋਂ 80% ਘੱਟ ਰੇਟਾਂ ਤੇ ਟੈਸਟ ਹੋਣੇ ਤੇ ਇੱਕ ਬਹੁਤ ਵੱਡਾ ਉਪਹਾਰ ਹੈ ਗਿਫਟ ਹੈ ਸੰਗਤ ਲਈ ਇਹ ਹਸਪੀਟਲ ਤੇ ਆਪਜੀ ਸਾਰਿਆਂ ਰਾਹੀ ਬੇਨਤੀ ਹੈ ਕਿ ਆਓ ਵੱਧ ਛੜ ਕੇ ਹੱਥੋਂ ਦਾ ਲਾਹਾ ਲਈਏ ਤੇ ਵੱਧ ਤੋਂ ਵੱਧ ਆਪਾਂ ਸਹਿਯੋਗ ਕਰੀਏ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਮੈਂ ਤੁਹਾਡੇ ਨਾਲ ਖੁਸ਼ਪ੍ਰੀ ਸ਼ਰਮਾ ਦੋਸਤੋ ਦੇਖ ਰਹੇ ਹੋ ਮੈਂ ਇੱਕ ਹਸਪਤਾਲ ਦੇ ਬਿਲਕੁਲ ਬਾਹਰ ਖੜੀ ਆ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਇਲਾਜ ਲਈ ਜਾਂਦੇ ਆ ਦੂਜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੇ ਕੁਝ ਐਸੇ ਲੋਕ ਨੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਹੀ ਨਹੀਂ ਸਕਦੇ ਕਿਉਂਕਿ ਇਲਾਜ ਇੰਨੇ ਮਹਿੰਗੇ ਹੋ ਚੁੱਕੇ ਨੇ ਕਿ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੁੰਦਾ ਕਿ ਉਹ ਇਲਾਜ ਕਰਵਾ ਸਕਣ ਤੇ ਅਕਸਰ ਜਿਹੜੇ ਇਹੋ ਜਿਹੇ ਮਰੀਜ਼ ਨੇ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ ਤੇ ਮੈਂ ਕੁਝ ਨਹੀਂ ਦੱਸਾਂਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੋਰਡ ਦਿਖਾਨੀ ਆ ਕੈਮਰਾਮੈਨ ਨੂੰ ਕਵਾਂਗੀ ਕਿ ਜ਼ਰੂਰ ਦਿਖਾਨ ਕਿ ਆ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਕਿ ਇਸ ਇਸ ਚੀਜ਼ ਦਾ ਇਲਾਜ ਹੈ ਇਹ ਟੈਸਟ ਹੁੰਦੇ ਨੇ ਤੇ ਰੇਟ ਤੁਸੀਂ ਦੇਖ ਸਕਦੇ ਹੋ 10 ਰੁਪਏ 50 ਰੁਪਏ ਫ੍ਰੀ ਵੀ ਆ ਕਿਸੇ ਦਾ 30 ਰੁਪਏ 40 ਰੁਪਏ 20 ਰੁਪਏ ਤਾਂ ਇਸ ਤਰ੍ਹਾਂ ਇਨਾਂ ਦੇ ਹਸਪਤਾਲਾਂ ਦੇ ਜਿਹੜੇ ਰੇਟ ਨੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਉਪਰਾਲਾ ਇੱਕ ਨੂਰ ਨੇਕੀ ਦਾ ਹਸਪਤਾਲ ਜਿਹੜਾ ਹੈ ਇਹ ਕਿਹਨੇ ਉਪਰਾਲਾ ਸ਼ੁਰੂ ਕੀਤਾ ਜ਼ਰੂਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਉਹਨਾਂ ਨੇ ਇਹ ਚੀਜ਼ ਨੂੰ ਚਲਾਇਆ ਕਿ ਗਰੀਬ ਲੋਕ ਜਿਹੜੇ ਨੇ ਨਹੀਂ ਦੇ ਸਕਦੇ ਪੈਸੇ ਏਡੇ ਮਹਿੰਗੇ ਮੰਗੇ ਜਿਹੜੇ ਨੇ ਇਲਾਜ ਹੁੰਦੇ ਨੇ ਤਾਂ ਇਸ ਹਸਪਤਾਲ ਦੇ ਵਿੱਚ ਜਿਹੜਾ ਤੁਸੀਂ ਆ ਕੇ ਟੈਸਟ ਕਰਵਾ ਸਕਦੇ ਹੋ ਕਿਹੜੇ-ਕਿਹੜੇ ਟੈਸਟ ਹੁੰਦੇ ਨੇ 10 ਰੁਪਏ 20 ਰੁਪਏ ਜਿੰਨੀ ਤੁਹਾਡੀ ਗੁੰਜਾਇਸ਼ ਆ ਕਹਿ ਸਕਦੇ ਆ ਇਲਾਜ ਹੁੰਦਾ ਪਰ ਜੇ ਨਹੀਂ ਦੇ ਸਕਦਾ ਕੋਈ ਕੋਈ ਪੈਸਾ ਨਹੀਂ ਦੇ ਸਕਦਾ ਕਿਸੇ ਕੋਲ ਇਸ ਤਰ੍ਹਾਂ ਦਾ ਇਲਾਜ ਲਈ ਵੀ ਪੈਸੇ ਨਹੀਂ ਹੈਗੇ ਤਾਂ ਉਹਨਾਂ ਦਾ ਇਲਾਜ ਜਿਹੜਾ ਉਹ ਫ੍ਰੀ ਵੀ ਕੀਤਾ ਜਾਂਦਾ ਇੱਕ ਹੋਰ ਚੀ ਤੁਹਾਨੂੰ ਦੱਸਦਾ ਜਿਹੜੇ ਬਹੁਤ ਮਹਿੰਗੇ ਮਹਿੰਗੇ ਇਲਾਜ ਨੇ ਹੱਡੀਆਂ ਦੇ ਰਿਲੇਟਡ ਤਾਂ ਉਸ ਇਲਾਜ ਦੇ ਵਿੱਚ ਬਾਹਰ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਪਰ ਇੱਥੇ ਉਹ 15000 20000 ਦੇ ਵਿੱਚ ਜਿਹੜੇ ਨੇ ਠੀਕ ਕਰ ਦਿੰਦੇ ਨੇ ਗੱਲਬਾਤ ਕਰਦੇ ਡਾਕਟਰ ਸਾਹਿਬ ਨਾਲ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗੀ ਕਿ ਇੱਥੇ ਜਿਹੜੇ ਪੇਸ਼ੈਂਟਸ ਬੈਠੇ ਹੋਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਪਹਿਲਾਂ ਆਪਾਂ ਪੇਸ਼ੈਂਟਸ ਤੋਂ ਜਾਣਕਾਰੀ ਲੈਣੀ ਹੈ ਕਿ ਉਹਨਾਂ ਨੂੰ ਇਹ ਉਪਰਾਲ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਕਿਉਂਕਿ ਅਕਸਰ ਸਾਨੂੰ ਯਕੀਨ ਨਹੀਂ ਹੁੰਦਾ ਕਿ ਅਸੀਂ ਪਹਿਲਾਂ ਲੋਕਾਂ ਦੀ ਸੁਣੀਏ ਕਿ ਲੋਕ ਕੀ ਕਹਿੰਦੇ ਨੇ ਫਿਰ ਸਾਨੂੰ ਜਿਹੜਾ ਜਿਆਦਾ ਜਿਹੜਾ ਯਕੀਨ ਹੁੰਦਾ ਗੱਲਬਾਤ ਕਰਦੇ ਲੋਕਾਂ ਨਾਲ ਤਾਂ ਇੱਥੇ ਬਹੁਤ ਸਾਰੇ ਲੋਕ ਬੈਠੇ ਨੇ ਦੇਖ ਸਕਦੇ ਹੋ ਪੇਸ਼ੈਂਟਸ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਕਈਆਂ ਦੀ ਹਜੇ ਵਾਰੀ ਹੈ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਕੇ ਜਾਣਨੇ ਕਿ ਉਹਨਾਂ ਨੂੰ ਇੱਥੇ ਦਾ ਜਿਹੜੀ ਸਹੂਲਤਾ ਨੇ ਉਹ ਕਿਵੇਂ ਦੀਆਂ ਲੱਗੀਆਂ ਸਤਿ ਸ਼੍ਰੀ ਅਕਾਲ ਮੈਮ ਠੀਕ ਠਾਕ ਹਾਂ ਜੀ ਹਾਂਜੀ ਵਧੀਆ ਜੀ ਬਹੁਤ ਵਧੀਆ ਮੈਮ ਇੱਕ ਚੀਜ਼ ਦੱਸੋ ਜਿੱਦਾਂ ਤੁਸੀਂ ਇੱਥੇ ਇਲਾਜ ਲਈ ਪਹੁੰਚੇ ਪ 7 years ਤੇ ਮੈਂ ਫੇਸਬੁੱਕ ਤੇ ਦੇਖਿਆ ਸੀ ਕਿ 420 uh, 450 ਤੇ ਡਲਸਸ ਹੁੰਦੇ ਆ ਐਂਡ ਇਟਸ ਅ ਵੈਰੀ ਚੀਪ ਐਂਡ ਬੈਸਟ ਤੇ ਬਾਹਰ ਦੇਖਿਆ ਤਾਂ ਉਹ 1000 ਦੇ ਵਿੱਚ ਜਾਂ 915 ਦੇ ਨਿਊ ਡਲਾਈਜ਼ਰ ਲੱਗਦਾ ਆ ਜੇ ਚੇਂਜ ਹੁੰਦਾ 900 ਚ ਲੱਗਦਾ ਆ ਐਂਡ ਇਟਸ ਅ ਵੈਰੀ ਚੀਪ ਗੱਲ ਦੱਸੋ ਚਲੋ ਇਲਾਜ ਇਦਾਂ ਹੁੰਦਾ ਕਿ ਇਲਾਜ ਜੇ ਸਸਤਾ ਤਾਂ ਸਹੂਲਤ ਕਿੱਦਾਂ ਦੀ ਮਿਲ ਰਹੀ ਆ ਸਹੂਲਤ ਧੀਰ ਉਹ ਹੁੰਦੀ ਹੈ ਵੀ ਡੈਲਾਇਜ਼ਰ ਦੇ ਉੱਤੇ ਹੁੰਦਾ ਹੈ ਸਾਡਾ ਜੇ ਅਸੀਂ ਡੈਲਾਇਜ਼ਰ ਚੇਂਜ ਕਰਾਂਗੇ ਤਾਂ ਅਸੀਂ ਫਿਟ ਐਂਡ ਫਾਈਨ ਆ ਜੇ ਅਸੀਂ ਡੈਲਾਇਜ਼ਰ ਵੀ ਨਹੀਂ ਚੇਂਜ ਕਰਾਂਗੇ ਕਾਫੀ ਲੌਂਗ ਟਾਈਮ ਲਾਵਾਂਗੇ ਤਾਂ ਫਿਰ ਸਾਡੀ ਤਬੀਅਤ ਕਾਫੀ ਖਰਾਬ ਹੋ ਜਾਂਦੀ ਹੈ ਤੁਹਾਨੂੰ ਇਹ ਉਪਰਾਲਾ ਲੱਗਾ ਕਿਵੇਂ ਦਾ ਕਿ ਇਦਾਂ ਦੀ ਚੀਜ਼ ਇਹਨਾਂ ਨੇ ਸ਼ੁਰੂ ਕੀਤੀ ਹੈ ਇੱਕ ਦੇਖੋ ਡੀਅਰ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਕਾਫੀ ਜਿੱਦਾਂ ਸਾਇੰਸ ਨੇ ਕਾਫੀ ਟੈਕਨੋਲੋਜੀ ਕੀਤੀ ਰਾਈਟ ਤੇ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ ਠੀਕ ਹੈ ਤੇ ਕਈ ਜਗ੍ਹਾ ਹੁਣ ਜਿਹੜੇ ਸਿਕ ਸੰਸਥਾਵਾਂ ਨੇ ਉਹ ਫ੍ਰੀ ਵੀ ਕਰਦੀਆਂ ਨੇ ਇਹ ਫ੍ਰੀ ਤਰ੍ਹਾਂ ਹੀ ਹੈ ਇੱਕ ਤਰ੍ਹਾਂ ਡਲਸਸ ਦਾ ਪ੍ਰਸੀਜਰ ਮੇਨਲੀ ਤਾਂ ਮੈਂ ਇਸ ਕਰਕੇ ਆਈ ਹਾਂ ਵੀ ਡਲਸਸ ਕਰਕੇ ਥੋੜਾ ਡਾਕਟਰ ਦੀ ਹੁਣ ਥੋੜੀ ਰਾਏ ਮਿਲੂਗੀ ਵੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਹੈ ਕਿਉਂਕਿ ਇਹਦੇ ਜੇ ਟੈਸਟ ਹੁੰਦੇ ਆ ਨਾ ਉਹ ਬਹੁਤ ਕਾਸਟਲੀ ਹੁੰਦੇ ਆ ਤੇ ਅੱਜ ਦੇ ਟਾਈਮ ਤੇ ਇਹ ਇੱਕ ਬਿਮਾਰੀ ਨੂੰ ਕਵਰ ਅਪ ਕਰਨਾ ਇਹੋ ਆਪਣਾ ਸਾਰਾ ਕਰਨਾ ਮੇਰੇ ਹਸਬੰਦ ਦੀ ਤਾਂ ਜੌਬ ਵੀ ਐਸੀ ਕਰਕੇ ਛੁੱਟ ਗਈ ਆ ਅਸੀਂ ਜਲਦੀ ਠੀਕ ਹੋਵਾਂਗੇ ਅਸੀਂ ਕਵਾਂਗੇ ਤੇ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਹੋਰ ਵੀ ਪੇਸ਼ੈਂਟਸ ਬੈਠੇ ਨੇ ਦੇਖਿਆ ਉਹਨਾਂ ਨੇ ਦੱਸਿਆ ਕਿ ਬਾਹਰ ਇਲਾਜ ਜਿਹੜਾ ਉਹ 1500 ਦੇ ਵਿੱਚ ਵੀ ਹੁੰਦਾ ਪਰ ਇੱਥੇ ਸਿਰਫ 450 ਦੇ ਵਿੱਚ ਇਲਾਜ ਕੀਤਾ ਜਾਂਦਾ ਨੇ ਇੱਥੇ ਹੋਰ ਵੀ ਜਾਣੇ ਬੈਠੇ ਨੇ ਆਪਾਂ ਗੱਲਬਾਤ ਕਰ ਲਈ ਸੱਸੀ ਕਾਲਾ ਅੰਟੀ ਜੀ ਠੀਕ ਠਾਕ ਹਾਂ ਤੁਸੀਂ ਕਿਹੜੇ ਇਲਾਜ ਲਈ ਪਹੁੰਚੇ ਹੋ ਰੇ ਅਸੀਂ ਮੈਨੇ ਬੀਪੀ ਸ਼ੂਗਰ ਮੈਨੇ ਸੈਲੈਂਟ ਅਟਾ ਕਟਾਇਆ ਕਰਾਇਆ ਹੋਇਆ ਠੀਕ ਹੈ ਤੇ ਤੁਸੀਂ ਇਹਨਾਂ ਦੇ ਨਾਲ ਆਏ ਹੋ ਤੁਹਾਡੇ ਨਾਲ ਕੌਣ ਆਇਆ ਹੈ ਸਰ ਮੈਮ ਦੀ ਤਾਂ ਬੈਨ ਨਹੀਂ ਠੀਕ ਲੱਗ ਰਹੀ ਤਾਂ ਅੱਨਾ ਗੱਲਬਾਤ ਕਰਾਂਗੇ ਤੁਹਾਨੂੰ ਇਹ ਉਪਰਾਲਾ ਕਿਵੇਂ ਦਾ ਲੱਗਿਆ ਕਿ ਕਿ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਕਿੱਥੋਂ ਦੇ ਆਏ ਹੋ ਤੁਸੀਂ ਅਸੀਂ ਇਧਰੋਂ ਤਾਜਪੁਰ ਰੋਡ ਤੋਂ ਆਏ ਹਾਂ ਹਾਂਜੀ ਫਿਰ ਦੂਰਾ ਤਾਜਪੁਰ ਰੋਡ ਇੱਥੋਂ ਦੀ ਕਿੱਦਾਂ ਪਤਾ ਲੱਗਿਆ ਸੀਗਾ ਤੁਹਾਨੂੰ ਨੇਕੀ ਦੇ ਹਸਪਤਾਲ ਦਾ ਐਕਚੁਅਲੀ ਵੀਡੀਓ ਦੇਖੀ ਸੀ YouTube ਤੇ ਉਹ ਤੋਂ ਦੇਖ ਕੇ ਆਏ ਹਾਂ ਜੀ ਹਾਂਜੀ ਬਿਲਕੁਲ ਤੁਸੀਂ ਲੋਕਾਂ ਨੂੰ ਹੋਰ ਕੀ ਕਿਉਂਕਿ ਦਰਸ਼ਕ ਮੈਂ ਤਾਂ ਲੋਕਾਂ ਨਾਲ ਗੱਲਬਾਤ ਕਰ ਰਹੀ ਤਾਂ ਕਿ ਦਰਸ਼ਕਾਂ ਨੂੰ ਯਕੀਨ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਦੇਖੋ ਜੀ ਐਜੇ ਕੰਮ ਹੋਣੇ ਚਾਹੀਦੇ ਨੇ ਗਰੀਬ ਜੰਦਾ ਹੁਣ ਇਹ ਹੀ ਮੇਰੇ ਕੋਈ ਰਿਲੇਟਿਵ ਨਹੀਂ ਹੈਗੇ મત ਕਿ ਇਹਨਾਂ ਨੂੰ ਆਣ ਗੁਆਣ ਦਾ ਪਿਆਰੀ ਅਸੀਂ ਇਹਨਾਂ ਦਾ ਬੇਟਾ ਇਹਨਾਂ ਦੇ ਕੋਈ ਕੰਮ ਨਹੀਂ ਆ ਰਿਹਾ ਇਹ ਬਿਮਾਰ ਬਹੁਤ ਨੇ ਮਹੀਨਾ ਹੋ ਗਿਆ ਬੈੱਡ ਤੇ ਹੀ ਨੇ ਤੇ ਹੁਣ ਇਹਨਾਂ ਕੋਲ ਪੈਸੇ ਵੀ ਹਨ ਨਹੀਂ ਵਿਚਾਰਿਆ ਤੋਂ ਤੇ ਇਸ ਕਰਕੇ ਇਹਨਾਂ ਦਾ ਇਲਾਜ ਕਰਵਾਉਣ ਲਈ ਆਏ ਇਹ ਗੱਲ ਹੈ ਤੁਹਾਡੀ ਵੀ ਬਹੁਤ ਚੰਗੀ ਕਿ ਮਨੁੱਖਤਾ ਦੀ ਸੇਵਾ ਲਈ ਆਤਾ ਹੈ ਤੇ ਤੁਸੀਂ ਵੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜ਼ਰੂਰ ਹੋਰ ਵੀ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਪੇਸ਼ੈਂਟਸ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਹਾਂਜੀ ਸੱਸ਼ਿਕਲੰਕਰ ਹੂੰ ਬੋਲੀ ਕਿਵੇਂ ਦਾ ਲੱਗਿਆ ਉਪਰਾਲਾ ਜਦੋਂ ਤੁਸੀਂ ਇੱਥੇ ਇਲਾਜ ਕਰਵਾਉਣ ਲਈ ਪਹੁੰਚੇ ਹੋ ਆਪਾਂ ਏਡੇ ਮਹਿੰਗੇ ਮਹਿੰਗੇ ਹਸਪਤਾਲ ਖੁੱਲੇ ਨੇ ਉੱਥੇ ਵੀ ਇਲਾਜ ਹੁੰਦੇ ਨੇ ਇੱਥੇ ਦਾ ਉਪਰਾਲਾ ਕਿਵੇਂ ਦਾ ਲੱਗਿਆ ਮੈਨੂੰ ਤਾਂ ਬੜੀਆਂ ਲੱਗਾਇਆ ਤੇ ਪਹਿਲੀ ਵਾਰ ਆਏ ਹਾਂ ਅੱਛਾ ਪਹਿਲੀ ਵਾਰ ਆਏ ਹੋ ਕਿ ਨਾ ਪਤਾ ਲੱਗਿਆ ਸੀਗਾ ਹਮੇ ਜਦ ਜਾਣਾ ਪੈ ਇਸਾ ਕੋ ਜਾਏਗਾ ਤਨ ਕੋਈ

दो बार ऑपरेशन किया पेच टूट जाता है बार बार इलाज करता है मैं एक बार गए बोलता मेरे बस की बात नहीं तू जहाँ मर्जी धक्का खाओ मैं कहाँ जाऊँ मैं गरीब आदमी हूँ मैं बहुत झेल रहा हूँ अच्छा। तो मेरे पार्ट का ना टूटी हुई है ऑपरेशन किया है अच्छा। दो बार किया है दोनों बार पेच टूट जाता है हड्डी नहीं जुड़ता है पैसा बहुत लेता है तो गरीब आदमी है मैं यहाँ आया हूँ कि मेरा इलाज किसी तरह से हो जाए ਇਹ ਗੱਲ ਮੈਂ ਕਹਤਾ ਤੁਸੀਂ ਦੇਖਿਆ ਕਿ ਲੋਕ ਬੜੇ ਪਰੇਸ਼ਾਨ ਨੇ ਇੱਕ ਤਾਂ ਗਰੀਬੀ ਨੂੰ ਲੈ ਕੇ ਤੇ ਉਤੋਂ ਇਲਾਜ ਜਿਹੜਾ ਮਹਿੰਗੇ-ਮਹਿੰਗੇ ਨੇ ਕਿ ਡਾਕਟਰ ਵੀ ਜਵਾਬ ਦੇ ਦੇ ਰਹੇ ਨੇ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਆ ਤਾਂ ਇੱਥੇ ਜਿਹੜਾ ਇਲਾਜ ਨਹੀਂ ਕੀਤਾ ਜਾਏਗਾ ਅੰਦਰ ਡਾਕਟਰ ਸਾਹਿਬ ਬੈਠੇ ਨੇ ਆਪਣਾ ਨਾਲ ਗੱਲਬਾਤ ਕਰਦੇ ਕਿ ਹੋਰ ਕੀ-ਕੀ ਚੀਜ਼ਾਂ ਨੇ ਇਸ ਹਸਪਤਾਲ ਦੇ ਵਿੱਚ ਤਾਂ ਇੱਕ ਨੂਰ ਨੇਕੀ ਦੇ ਹਸਪਤਾਲ ਦੇ ਬਾਰੇ ਹੋਰ ਜਾਣਕਾਰੀ ਦੇਣ ਲਈ ਮੈਂ ਮੌਜੂਦ ਹਾਂ ਮੇਰੇ ਨਾਲ ਨੇ ਡਾਕਟਰ ਸੁਖਵਿੰਦਰ ਸਿੰਘ ਜੀ ਤੇ ਅਮਰਜੀਤ ਸਿੰਘ ਜੀ ਜ਼ਰੂਰ ਗੱਲਬਾਤ ਕਰਦੇ ਹਾਂ ਸਸ਼ਿਕਾ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬ న్యూਸ ਦੇ ਵਿੱਚ ਸੱਚ ਜੀ ਸੱਚ ਮੈਂ ਜ਼ਰੂਰ ਜਾਨਣਾ ਚਾਹਾਂਗੀ ਦੇਖੋ ਦਰਸ਼ਕ ਦੇਖ ਰਹੇ ਨੇ ਅਸੀਂ ਪੇਸ਼ੈਂਟਸ ਨਾਲ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਬਹੁਤ ਸਾਰੇ ਅੱਛੇ ਰਿਵਿਊਜ਼ ਦਿੱਤੇ ਨੇ ਕਿ ਬਹੁਤ ਚੰਗੀ ਗੱਲ ਆ ਗਰੀਬ ਲੋਕ ਤਾਂ ਬਹੁਤ ਹੀ ਪਰੇਸ਼ਾਨ ਬੈਠੇ ਨੇ ਜਦ ਗੱਲਬਾਤ ਕੀਤੀ ਨਾ ਬਾਹਰ ਤਾਂ ਇਹ ਚੀਜ਼ ਕਿਵੇਂ ਸ਼ੁਰੂ ਕੀਤੀ ਪਹਿਲਾਂ ਤਾਂ ਆਪ ਜੀ ਦੇ ਆਿਆਂ ਦਾ ਬਹੁਤ ਬਹੁਤ ਜੀ ਆਿਆਂ ਨੂੰ ਜੀ ਤੇ ਧੰਨਵਾਦ ਸੰਗਤ ਜੀ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਏਕ ਨੂਰ ਸੇਵਾ ਕੇਂਦਰ ਪਿਛਲੇ 8-10 ਸਾਲਾਂ ਤੋਂ ਮੈਡੀਕਲ ਟ੍ਰੀਟਮੈਂਟ ਦੇ ਰਸਤੇ ਤੇ ਚੱਲ ਰਿਹਾ ਸੀ। ਇਹ ਇੱਕ ਅਜਿਹੀ ਸੰਸਥਾ ਜਿੱਥੇ ਸਾਰੇ ਰਲ ਮਿਲ ਕੇ ਆਪਣੇ ਹਿੱਸੇ ਦੀ ਨੇਕੀ ਕਰਦੇ ਆਂ। ਆਪਣੇ ਆਪਣੇ ਕੰਮਕਾਰ ਆਪਣੇ ਆਪਣੇ ਕਾਰਜ ਕਰਦੇ ਆਂ ਹੋયા ਵੀ ਕੁਝ ਸਮਾਂ ਪਰਮੇਸ਼ਰ ਵਾਲੇ ਪਾਸੇ ਸਾਡੇ ਲਈ ਆ ਪਰਮੇਸ਼ਰ ਦਾ ਕਰਜ ਆ ਸਾਡੇ ਲਈ ਆ ਰੱਬ ਦਾ ਕਰਜ ਆ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਆ ਤੇ ਸਿਵਲ ਹਸਪੀਟਲ ਲੁਧਿਆਣਾ ਜਿਹੜਾ ਕਿ ਬਹੁਤ ਇੱਕ ਲੋੜੀਂਦਾ ਜਿਹੜਾ ਕਿ ਸਥਾਨ ਸੀ ਉੱਥੇ ਸਾਡੀ ਟੀਮਾਂ ਨੇ ਜਿਹੜੀਆਂ ਕਿ ਦਵਾਈਆਂ ਵੀ ਦਿੰਦੀਆਂ ਹੈ ਜਿਹੜਾ ਕਿ ਲਵਾਰਸ ਪੇਸ਼ੈਂਟਸ ਨੂੰ ਸੰਭਾਲ ਕਰਦੀ ਹੈ ਤੇ ਅਸੀਂ 8-10 ਸਾਲਾਂ ਚ ਦੇਖਿਆ ਵੀ ਕਈ ਪੇਸ਼ੈਂਟਸ ਨਾ ਘਰਾਂ ਚ ਰਹਿ ਜਾਂਦੇ ਆ ਪੈਸੇ ਨਾ ਹੋਣ ਕਰਕੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਆ ਅਜਿਹੇ ਅਜਿਹੇ ਪੇਸ਼ੇਣ ਦੇਖੇ ਜਿਹੜੇ ਕਿ 8-8 ਸਾਲਾਂ ਤੋਂ ਜਿਹ ਕੋਈ ਹੱਡੀਆਂ ਟੁੱਟੀਆਂ ਤੇ ਪੈਸੇ ਨਾਲ ਨੇ ਤੇ ਘਰ ਤੇ ਉਹ ਜਿਹੜੀ ਚੀਜ਼ ਨੇ ਸਾਨੂੰ ਮਤਲਬ ਕਿ ਇੱਕ ਸਮਝੋ ਵੀ ਸੱਚੇ ਪਾਤਸ਼ਾਹ ਨੇ ਫਿਰ ਬਖਸ਼ਿਸ਼ਾਂ ਕੀਤੀਆਂ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜਿਹੜੇ ਕਿ ਜਿਨ੍ਹਾਂ ਦੀ ਪਾਵਨ ਧਰਤੀ 'ਚ ਅਸੀਂ ਬੈਠੇ ਆ ਆਲਮਗੀਰ ਸਾਹਿਬ ਉਹਨਾਂ ਨੇ ਆਪ ਬਖਸ਼ਿਸ਼ ਕਰਕੇ ਇਹ ਜਗ੍ਹਾ ਸਾਨੂੰ ਡੋਨੇਟ ਕਰ ਦਿੱਤੀ ਤੇ ਆਪ ਹੀ ਬਖਸ਼ਿਸ਼ ਕਰਾ ਕੇ ਸੱਚੇ ਪਾਤਸ਼ਾਹ ਨੇ ਗੁਰਮਖਾਂ ਨੇ ਡੋਨੇਟ ਕੀਤੀ ਤੇ ਕਈ ਕੁਝ ਨੇ ਮਿਲ ਕੇ ਤੇ ਆ ਟ੍ਰਿਪਲ ਸਟੋਰੀ ਬਿਲਡਿੰਗ ਆਪ ਜੀ ਦੇਖ ਰਹੇ ਹੋ ਬਣ ਗਈ ਤੇ ਹੁਣ ਮਸ਼ੀਨਾਂ ਵੀ ਕਈਆਂ ਨੇ ਡੋਨੇਟ ਕਰ ਦਿੱਤਾ ਪਾਓ ਕਰਜ ਕਿਸੇ ਇੱਕ ਬੰਦੇ ਦਾ ਨਹੀਂ ਕਿਸੇ ਇੱਕ ਸੰਸਥਾ ਦਾ ਨਹੀਂ ਸਾਡੇ ਸਾਰਿਆਂ ਦਾ ਦੇਖੋ ਸਾਡੇ ਨਾਲੋਂ ਤਾਂ ਜੇ ਜਾਨਵਰ ਵੀ ਚੰਗੇ ਆ ਜੇ ਕੋਈ ਇੱਕ ਜਾਨਵਰ ਦਾ ਐਕਸੀਡੈਂਟ ਹੋ ਜਾਂਦਾ ਨਾ ਤੇ ਪੰਜ ਛੇ ਜਾਨਵਰ ਨਾਲ ਭੱਜਿਆਂਦੇ ਉਹਨੂੰ ਚੱਟਣ ਲਾਇ ਜਾਂਦੇ ਆ ਉਹਨੂੰ ਸਲਾਂਦੇ ਆ ਤੇ ਬਖਸ਼ਸ਼ਾਂ ਨੇ ਸਾਡੇ ਸਾਰਿਆਂ ਦੀ ਡਿਊਟੀ ਬਣਦੀ ਹੈ ਵੀ ਸਾਡੇ ਜੇ ਕੋਈ ਕਮਜ਼ੋਰ ਤਬਕਾ ਸਾਡਾ ਕੋਈ ਮਜਬੂਰ ਤਬਕਾ ਤੇ ਕਿਉਂ ਨਾ ਉਹਨਾਂ ਦੀ ਅਸੀਂ ਵੀ ਉਹਨਾਂ ਨੂੰ ਗਲ ਵਕੜੀ ਨਾਲ ਲਈਏ ਆਪ ਜੀ ਨੇ ਦੇਖਿਆ ਥੇ ਐਸ ਹਸਪੀਟਲ ਚ ਅਜੇ ਗਰਾਉਂਡ ਫਲੋਰ ਤੋਂ ਸ਼ੁਰੂਆਤ ਹੋਈ ਹੈ ਇੱਥੇ ਓਪੀਡੀਜ਼ ਸਿਰਫ 20 ਰੁਪਏ ਚ ਹੈ ਦਵਾਈਆਂ ਸਿਰਫ ਤੇ ਸਿਰਫ ਲਾਗਤ ਮੁੱਲ ਤੇ ਹੈ ਸਿਰਫ ਤੇ ਸਿਰਫ ਪਾਓ ਵੀ ਫ੍ਰੀ ਨਹੀਂ ਦੇਣੀ ਅਗਲੇ ਨੂੰ ਲੱਗੇ ਤੇ ਜਿਹੜੀ ਵੀ ਦੇਣੀ ਹੈ ਉਹ ਬਿਲਕੁਲ ਰੀਜ਼ਨੇਬਲ ਤੇ ਵਧੀਆ ਦਵਾਈ ਕੰਪਨੀ ਦੀ ਬ੍ਰਾਂਡਡ ਤੇ ਕੰਪਨੀ ਨੇ ਵੀ ਸਾਨੂੰ ਡਿਸਕਾਊਂਟ ਰੇਟਾਂ ਤੇ ਦਿੱਤਾ ਵੀ ਤੁਸੀਂ ਸੇਵਾ ਕਰ ਰਹੇ ਹੋ ਨੇਕੀ ਕਰ ਰਹੇ ਹੋ ਅਸੀਂ ਵੀ ਨੇਕੀ ਕਰੀਏ ਪਾਓ ਆਪਾਂ ਸਾਰੇ ਜਦੋਂ ਰਲ ਮਿਲ ਕੇ ਆਪਣੇ ਆਪਣੇ ਹਿੱਸੇ ਦੀ ਨੇਕੀ ਕਰਾਂਗੇ ਇੱਕ ਪਲੇਟਫਾਰਮ ਹੈ ਇੱਕ ਨੂਰ ਨੇਕੀ ਦਾ ਹਸਪੀਟਲ ਇੱਕ ਅਜਾ ਪਲੇਟਫਾਰਮ ਬਣ ਕੇ ਨਿਭੜਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਤੇ ਉਹਨਾਂ ਨੂੰ ਅਸੀਂ ਵੀ ਸਾਡੇ ਐਮਓਯੂਜ਼ ਹੈ ਕਿਸੇ ਹੱਡੀਆਂ ਵਾਲਿਆਂ ਨਾਲ ਆ 15 ਤੋਂ 20000 ਰੁਪਏ ਚ ਟੁੱਟੀਆਂ ਹੱਡੀਆਂ ਦੇ ਆਪਰੇਸ਼ਨ ਕਰੀ ਜਾਂਦੇ ਆ ਅੱਖਾਂ ਵਾਲਿਆਂ ਨਾਲ ਐਮਓਯੂ ਸਿਰਫ 2500 ਰੁਪਏ ਚਿੱਟੇ ਮੋਤੀਏ ਦਾ ਲੇਜ਼ਰ ਟੈਕਨੀਕ ਨਾਲ ਆਪਰੇਸ਼ਨ ਮੈਡੀਸਿਨ ਸਮੇਤ ਹੱਥ ਜੋੜ-ਜੋੜ ਬੇਨਤੀ ਆ ਸਾਰਿਆਂ ਨੂੰ ਜੇ ਆਪ ਜੀ ਆਪਣੇ ਸਾਡੇ ਕੋਲ ਕੁਝ ਵੀ ਹੈ ਪਰ ਅਲ ਮਿਲ ਕੇ ਕਰ ਸਕਦੇ ਆ ਤੇ ਕਰਨਾ ਚਾਹੀਦਾ ਐਵੇਂ ਸੀਐਮਸੀ ਹਸਪੀਟਲ ਨਾਲ ਐਮਓਯੂ ਹੈ ਵੀ ਗਵਰਨਮੈਂਟ ਰੇਟਸ ਤੇ ਸੀਜੀਐਚਐਸ ਰੇਟਸ ਕਹਿੰਦੇ ਆ ਸੈਂਟਰਲ ਗਵਰਨਮੈਂਟ ਹੈਲਥ ਸਕੀਮ ਐਸ ਹਸਪੀਟਲ ਲਖਨਊ ਨੇਕੀ ਦੇ ਹਸਪੀਟਲ ਤੋਂ ਜਿਹੜੇ ਪੇਸ਼ੈਂਟ ਰੈਫਰ ਹੋਣਗੇ ਜਿਹੜੇ ਲੋੜਵੰਦ ਰੈਫਰ ਹੋਣਗੇ ਸਿਰਫ ਸਿਰਫ ਸਰਕਾਰੀ ਰੇਟਾਂ ਤੇ ਉਹਨਾਂ ਦੇ ਇਲਾਜ ਹੋਣੇ ਪਾਓ ਪੀਜੀਆਈ ਵਾਲੇ ਰੇਟਾਂ ਤੇ ਤੇ ਇਹ ਇੱਕ ਬਹੁਤ ਵੱਡੀ ਨਿਮਤ ਹੈ ਸੰਗਤ ਲਈ ਆਸ-ਪਾਸ ਤੇ ਜਿਹੜੀ ਵੀ ਸੰਗਤ ਹੈ ਤੇ ਆਪਜੀ ਰਾਹੀ ਸੰਗਤਾਂ ਨੂੰ ਮੈਂ ਵੱਧ ਤੋਂ ਵੱਧ ਬੇਨਤੀ ਕਰਦਾ ਇਹ ਤੁਹਾਡਾ ਵੀ ਸਾਰਿਆਂ ਦਾ ਕਾਰਜ ਹੈ ਯਾਰ ਸਿਰਫ ਕਿਸੇ ਇੱਕ ਦਾ ਨਹੀਂ ਹੈ ਇੱਕ ਸੰਸਥਾ ਦਾ ਨਹੀਂ ਆਓ ਇਹਨੂੰ ਇਹਨਾਂ ਗੱਲਾਂ ਨੂੰ ਅੱਗੇ ਦਸਿਓ ਤਾਂ ਸਹੀ ਕਈ ਮਰੀਜ਼ ਘਰਾਂ 'ਚ ਬੈਠੇ ਆ ਆਪਾਂ ਉਹਨਾਂ ਨੂੰ ਗਾਈਡ ਕਰ ਸਕੀਏ ਆਪਣਾ ਮੰਨਣਾ ਇੱਕੋ ਹੀ ਹੈ ਗੋਲੀ ਨਾ ਨਿਸ਼ਾਨੇ ਤੇ ਵੱਜੇ ਤਾਂ ਕੰਮ ਆਉਂਦੀ ਐ ਐਵੇਂ ਦਵਾਈ ਵੀ ਜੇ ਜੈਨੂਨ ਦਵਾਈ ਮੈਡੀਸਿਨ ਰੀਜ਼ਨੇਬਲ ਰੇਟਾਂ ਤੇ ਅੱਛੇ ਮਾਹਰ ਡਾਕਟਰਾਂ ਵੱਲੋਂ ਲਿਖੀ ਜਾਵੇ ਅਗਲੇ ਨੂੰ ਆਰਾਮ ਆਂਦਾ ਤੇ ਪਰਮਾਤਮਾ ਦੀ ਖੁਸ਼ੀ ਮਿਲਦੀ ਐ ਅਸਲ ਮਕਸਦ ਐ ਵਾ ਸਰ ਇੱਕ ਡਾਊਟ ਹੋ ਸਕਦਾ ਵਾ ਦਰਸ਼ਕਾਂ ਦੇ ਮਨ ਦੇ ਵਿੱਚ ਕਿ ਜੇਕਰ ਇਹਨੇ ਸਸਤੇ ਇਲਾਜ ਹੋ ਰਹੇ ਨੇ ਤਾਂ ਕੀ ਪਤਾ ਇਲਾਜ ਮਤਲਬ ਜਿਹੜੇ ਡਾਕਟਰ ਜਿਹੜੇ ਨੇ ਉਹ ਮਾਹਿਰ ਨੇ ਇਹ ਚੀਜ਼ ਥੋੜੀ ਜਿਹੀ ਉਹਨਾਂ ਨੂੰ ਜਾਣੂ ਕਰਾ ਦਿਓ ਕਿ ਡਾਕਟਰ ਕਹੋ ਜੇ ਨੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਾਵਾਂਗਾ ਸਾਡੇ ਕੋਲ ਜਿਹੜੇ ਵੀ ਨੇ ਨਾ ਡਾਕਟਰ ਉਹ ਐ ਪਹਿਲਾਂ ਸ਼ੁਰੂਆਤ ਚ ਐਮ ਡੀ ਮੈਡੀਸਿਨ ਹੈ ਐਮ ਡੀ ਮੈਡੀਸਿਨ ਡਾਕਟਰ ਜੇ ਐਸ ਲਨ ਜੀ ਹੈ ਹੀਜ਼ ਰਿਟਾਇਰਡ ਐਸ ਐਮਓ ਸੇਵਾਕਰਨ ਆਲਮਗੀਰ ਸਾਹਿਬ ਆ ਰਹੇ ਐ ਅੱਥੇ ਐਸੇ ਸਥਾਨ ਤੇ ਉਹ ਮਾਲਕ ਦੀ ਬਖਸ਼ਿਸ਼ ਆ ਉਹ ਅੱਗੇ ਵੀ ਆਲਮਗੀਰ ਸਾਹਿਬ ਆਂਦੇ ਹੁੰਦੇ ਸੀ ਤੇ ਇੱਥੇ ਸੇਵਾ ਕਰਨਾ ਆ ਰਹੇ ਆ ਉਸ ਤੋਂ ਬਾਅਦ ਜਿਹੜੇ ਕਿਡਨੀ ਦੇ ਜਿਹੜੇ ਮਾਹ ਡਾਕਟਰ ਹੁਣੇ ਆਪ ਜੀ ਦੇ ਹੁੰਦੇ ਹੀ ਆ ਰਹੇ ਨੇ ਹੀ ਇਸ ਡਾਕਟਰ ਖੁਰਾਨਾ ਨੇਫਰੋਲੋਜਿਸਟ ਐਮ ਡੀ ਡੀ ਐਮ ਐਮ ਡੀ ਡੀ ਐਮ ਜਿਹੜੀ ਕਿ ਸਭ ਤੋਂ ਵੱਡੀ ਜਿਹੜੀ ਪੋਸਟ ਹੁੰਦੀ ਹੈ ਡਾਕਟਰਸ ਦੇ ਵਿੱਚ ਕਿਡਨੀ ਦੇ ਰੋਗੀਆਂ ਲਈ ਅਸੀਂ ਕਿਡਨੀ ਦੇ ਰੋਗੀਆਂ ਲਈ ਹੁਣ ਤੁਹਾਨੂੰ ਕੀ ਦਸੀਏ ਪਿਛਲੇ 8-10 ਸਾਲਾਂ ਤੋਂ ਸਾਡੇ ਕੋਲ ਕਿਡਨੀ ਦੇ ਪੇਸ਼ੈਂਟਸ ਆ ਰਹੇ ਹਨ ਜਿਨ੍ਹਾਂ ਦੇ ਇਲਾਜ ਅਸੀਂ ਬਾਹਰ ਹਸਪਤਾਲਾਂ ਤੋਂ ਕਰਾ ਰਹੇ ਸੀ ਹੁਣ ਕਿਸੇ ਇੱਕ ਕਿਡਨੀ ਦੇ ਪੇਸ਼ੈਂਟ ਨੂੰ ਕੋਈ ਕਿਡਨੀ ਦਾ ਰੋਗ ਲੱਗ ਜੇ ਬੀਪੀ ਕਰਕੇ ਜਾਂ 슈ਗਰ ਕਰਕੇ ਪਹਿਲਾਂ ਤਾਂ ਇੱਕ ਮਕਸਦ ਜ਼ਰੂਰ ਦਵਾਵਾਂਗਾ ਭਰਾਵੋ ਜਿੰਨਾ ਜਿੰਨਾਂ ਨੂੰ ਬੀਪੀ ਦੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ ਹੈ ਕਿਰਪਾ ਕਰਕੇ ਆਪਣੀ ਦਵਾਈ ਜ਼ਰੂਰ ਲਓ ਇਹ ਜ਼ਿਆਦਾਤਰ ਪੇਸ਼ੈਂਟ ਬਲੱਡ ਪ੍ਰੈਸ਼ਰ ਵਧਨ ਕਰਕੇ ਸ਼ੂਟ ਕਰ ਜਾਂਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਗੋਲੀ ਨਹੀਂ ਖਾਂਦੇ ਹੁੰਦਾ ਕੀ ਹੈ ਕਿਡਨੀ ਫੇਲ ਹੋ ਜਾਂਦੀ ਹੈ ਤੇ ਡਾਇਬੀਟਿਸ ਵੀ ਜੇ ਅਨਕੰਟਰੋਲਡ ਰਹੇਗੀ 5-7 10 ਸਾਲ ਕਿਡਨੀ ਉੜਾ ਦੇ ਕਿ ਮੈਂ ਪਹਿਲਾਂ ਬੇਨਤੀ ਕਰਦਾ ਹੱਥ ਜੋੜ ਕੇ ਪ੍ਰਾਰਵੋ ਬਹੁਤ ਤੇਜ਼ੀ ਨਾਲ ਇਹ ਬਿਮਾਰੀ ਫੈਲ ਰਹੀ ਹੈ ਸਾਡੇ ਪੰਜਾਬ ਚ 올ਓਵਰ ਇੰਡੀਆ ਚ ਸਭ ਤੋਂ ਜ਼ਿਆਦਾ ਕਿਡਨੀ ਦੇ ਪੇਸ਼ੈਂਟਸ ਵੱਧ ਰਹੇ ਆ ਇਹਨਾਂ ਬਿਮਾਰੀਆਂ ਦਾ ਮੇਨ ਰੋਲ ਹੈ ਇਹਦੇ ਚ ਤੇ ਪਲੀਜ਼ ਆਪਣੀ ਆਪਣੀ ਮੈਡੀਸਿਨਸ ਲੋ ਟਾਈਮ ਤੇ ਤੇ ਦੂਜੀ ਗੱਲ ਤੁਸੀਂ ਗੱਲ ਕਰ ਰਹੇ ਸੀ ਵੀ ਜੇ ਸਸਤਾ ਤੇ ਵਧੀਆ ਹੈ ਕਿ ਨਹੀਂ ਇਹ ਆਪ ਜੀ ਦਾ ਸਵਾਲ ਸੀ ਡੈਲਸਿਸ ਸੈਂਟਰ ਜਿਹੜਾ ਖੁੱਲ ਰਿਹਾ ਆਰਟ ਆਫ ਦਾ ਵਰਲਡ ਡੈਲਸਿਸ ਸੈਂਟਰ ਹੈ ਜਰਮਨ ਮਸ਼ੀਨਾ ਬੀ ਬ੍ਰਾਊਨ ਕੰਪਨੀ ਆਪ ਜੀ ਗੂਗਲ ਤੋਂ ਚੈੱਕ ਕਰ ਸਕਦੇ ਹੋ ਉਹਦੀ ਸਭ ਤੋਂ ਮਹਿੰਗੀ ਮਸ਼ੀਨਾ ਨੇ ਤੇ ਉਹ ਮਸ਼ੀਨਾ ਰਾਹੀ ਹੈ ਡੈਲਿਸਿਸ ਹੋਣਾ ਪਾਓ ਕਿਉਂਕਿ ਇਹ ਤਾਂ ਸੰਗਤ ਦਾ ਹਸਪਤਲ ਹੈ ਜੀ ਸੰਗਤ ਲਈ ਹਸਪਤਲ ਹੈ ਇਹ ਮਾਇਆ ਵੀ ਸੰਗਤ ਵੱਲੋਂ ਹੀ ਆਈ ਜਾ ਰਹੀ ਹੈ ਸੰਗਤ ਲਈ ਆਈ ਜਾ ਰਹੀ ਹੈ ਤੇ ਸੰਗਤ ਨੇ ਦੇਈ ਜਾਣਾ ਸੰਗਤ ਨੇ ਲਈ ਜਾਣਾ ਇਹ ਤਾਂ ਇੱਕ ਪਲੇਟਫਾਰਮ ਹੈ ਇਹਦੇ ਚ ਘੱਟ ਕਰਕੇ ਸਾਨੂੰ ਅਸੀਂ ਪ੍ਰੋਫਿਟ ਤਾਂ ਬਣਾਣਾ ਨਹੀਂ ਪਰਮੇਸ਼ਰ ਨੇ ਸਾਨੂੰ ਆਪਣੇ ਆਪਣੇ ਜਿਹੜੇ ਕਾਰਜ ਬਖਸ਼ਿਸ਼ ਕੀਤੇ ਹੋਏ ਨੇ ਉਹਨਾਂ ਚ ਦੇਖੋ ਇੱਥੇ ਦਾ ਮੇਨ ਜਿਹੜਾ ਥੀਮ ਨਾਲ ਨੋ ਪ੍ਰੋਫਿਟ ਓਨਲੀ ਸੇਵਾ ਮੈਂ ਦੱਸਣਾ ਚਾਹਾਂਗਾ ਵੀ ਕਈ ਆਪਾਂ ਦੇਖਦੇ ਹਾਂ ਵੀ ਆਰਗੇਨਾਈਜੇਸ਼ਨਸ ਹਸਪੀਟਲਸ ਖੋਲਦੀਆਂ ਉਹਨੂੰ ਨਾ ਆਟੋ ਮੋਡ ਕਰਨ ਦੇ ਚੱਕਰ ਚ ਪੈ ਜਾਂਦੀਆਂ ਵੀ ਇਹ ਹਸਪੀਟਲ ਆਪਣਾ ਖਰਚਾ ਆਪ ਕੱਢੇ ਅਸੀਂ ਅਮੂਮਨ ਇਸ ਨਾਲ ਗੱਲੋਂ ਚੱਲਦੇ ਹਾਂ ਬਟ ਉਹਦੇ ਚੱਕਰ ਚ ਹੁੰਦਾ ਕੀ ਹੈ ਪੇਸ਼ੈਂਟ ਦੀ ਐਕਸਪਲੋਇਟੇਸ਼ਨ ਸ਼ੁਰੂ ਹੋ ਜਾਂਦੀ ਹੈ ਵੀ ਮੈਡੀਸਿਨਸ ਬਹੁਤ ਵੱਧ ਰੇਟਾਂ ਤੇ ਚੱਲ ਜਾਂਦੀਆਂ ਹੁਣ ਜਿੰਨੇ ਫਾਰਮੇਸੀ ਦਾ ਠੇਕਾ ਕਰੋਨਾ ਚ ਲਿੱਤਾ ਉਹਨਾਂ ਨੇ ਤਾਂ ਕਰੋੜਾ ਕਮਾਣੇ ਆ ਇੱਥੇ ਉਹ ਸੀਨ ਨਹੀਂ ਐ ਜੇ ਇੱਥੇ ਸੰਗਤ ਵੱਲੋਂ ਮਾਇਆ ਆਈ ਜਾਏਗੀ ਸੰਗਤ ਦੀ ਸੇਵਾ ਹੋਈ ਜਾਣੀ ਐ ਤੇ ਸਾਨੂੰ ਪੂਰਾ ਭਰੋਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੀ ਇਸ ਪਾਵਨ ਧਰਤੀ ਤੇ ਐ ਹਸਪੀਟਲ ਉਹਨਾਂ ਨੇ ਆਪ ਖੋਲ੍ਹਿਆ ਜਿਵੇਂ ਭਾਈ ਕਨੀਆ ਜੀ ਨੂੰ ਥਾਪੜਾ ਦਿੱਤਾ ਸੀ ਨਾ ਤੇ ਭਾਈ ਕਨੀਆ ਜੀ ਨੇ ਕਮਾਲ ਕਰ ਦਿੱਤੀ ਹਨਾ ਮਾਨਸ ਕੀ ਜਾਤ ਸਭ ਇੱਕਿਆ ਪਹਿਚਾਨ ਉਹਦਾ ਪੂਰਾ ਨਾਰਾ ਬੁਲੰਦ ਹੋਇਆ ਉਮੇ ਇੱਥੇ ਸਰਬਤ ਦਾ ਪੁਲਾ ਦਾ ਨਾਰਾ بلند ਹੋ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਆਪ ਥਾਪੜਾ ਦੇ ਕੇ ਆਪਣੇ ਚਰਨਾਚਸ ਹਸਪੀਟਲ ਨੂੰ ਖੁਲਵਾਇਆ ਤੇ ਇੱਥੇ ਜਦੋਂ ਤੱਕ ਵੀ ਇਲਾਜ ਹੋਣਗੇ ਤੇ ਸਾਡਾ ਇੱਕੋ ਸੀਨਾ ਇੱਕੋ ਮਕਸਦ ਹੈ ਇੱਕੋ ਵਿਜਨ ਹੈ ਜੇ ਇਲਾਜ ਹੋਣਾ ਤੇ ਸੇਵਾ ਭਾਵ ਨਾਲ ਹੋਵੇ ਨਹੀਂ ਤਾਂ ਭਾਵੇਂ ਬੰਦ ਹੋ ਜੇ ਅਸੀਂ ਨਹੀਂ ਚਲਾਣਾ ਅਸੀਂ ਆਟੋ ਮੋਡ ਦੇ ਚੱਕਰ ਚ ਪਾ ਕੇ ਤੇ ਸੰਗਤ ਦੀ ਐਕਸਪਲੋਇਟੇਸ਼ਨ ਨਹੀਂ ਕਰਨੀ ਸਿਰਫ ਤੇ ਸਿਰਫ ਸੇਵਾ ਹੀ ਮਕਸਦ ਹੈ ਤਾਂ ਹੀ ਇਹਦਾ ਨਾਮ ਏਕਨੂਰ ਨਿੱਕੀ ਦਾ ਹਸਪਤਾਲ ਰੱਖਿਆ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਕਈ ਸੰਸਥਾਵਾਂ ਨਾਲ ਜੁੜ ਗਈਆਂ ਜਿਵੇਂ ਸਰਬੱਤ ਦਾ ਭਲਾ ٹرسٹ ਡਾਕਟਰ ਐਸ ਪੀ ਉਬਰాయ ਜੀ ਗੁਰਮukh ਪਿਆਰੇ ਨਾਲ ਜੁੜੇ ਉਹਨਾਂ ਨੇ ਲੈਬਰੇਟਰੀ ਦਿੱਤੀ ਹੈ 10 ਰੁਪਏ 20 ਰੁਪਏ ਚ ਟੈਸਟ ਹੈ 20 ਰੁਪਏ ਚ ECG ਹੈ 50 ਰੁਪਏ ਚ CBC ਹੈ ਦੈਟ ਮੀਨਸ 75 ਤੋਂ 80% ਘੱਟ ਰੇਟਾਂ ਤੇ ਡੈਸਟ ਹੋਣਿਆ ਤੇ ਇੱਕ ਇੱਕ ਬਹੁਤ ਵੱਡਾ ਉਪਹਾਰ ਹੈ ਗਿਫਟ ਹੈ ਸੰਗਤ ਲਈ ਇਹ ਹਸਪੀਟਲ ਤੇ ਆਪਜੀ ਸਾਰਿਆਂ ਰਾਹੀ ਬੇਨਤੀ ਹੈ ਕਿ ਆਓ ਵੱਧ ਛੜ ਕੇ ਹੱਥੋਂ ਦਾ ਲਾਹਾ ਲਈਏ ਤੇ ਵੱਧ ਤੋਂ ਵੱਧ ਆਪਾਂ ਸਹਿਯੋਗ ਕਰੀਏ ਡਾਕਟਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਮਨੁੱਖਤਾ ਦੀ ਸੇਵਾ ਨਿਭਾ ਰਹੇ ਹੋ ਮੈਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਇਹ ਜਦੋਂ ਤੋਂ ਮੈਂ ਏਕਨੂਰ ਸੰਸਥਾ ਦੇ ਨਾਲ ਜੁੜਿਆ ਕਿੰਮਤ ਇੱਥੇ ਲੱਗਦਾ ਕਿ ਜੀਵਨ ਚ ਇੱਕ ਜਿਹੜੀ ਖਾਲੀ ਜਗ੍ਹਾ ਸੀ ਉਹ ਇੱਥੇ ਆ ਕੇ ਪੂਰੀ ਹੋਈ ਹੈ ਉਹ ਮਾਲਕ ਕੇ ਸੇਵਾ ਲੈ ਰਹੇ ਜੀ ਹਾਂਜੀ ਪੇਸ਼ੈਂਟਸ ਆਂਦੇ ਨੇ ਉਹਨਾਂ ਨੂੰ ਮਤਲਬ ਪਹੁੰਚ ਚੁੱਕੀ ਹੈ ਖਬਰ ਲੋਕਾਂ ਨੂੰ ਆ ਰਹੇ ਨੇ ਬਹੁਤ ਜ਼ਿਆਦਾ ਪੇਸ਼ੈਂਟਸ ਹੋਣ ਆਲਮੋਸਟ ਆਪ ਜੀ ਜਿਹੜੇ ਭੈਣ ਭਰਾ ਉਹ ਸਾਡੇ ਮੀਡੀਆ ਵਾਲੇ ਉਹਨਾਂ ਰਾਹੀਂ ਕਾਫੀ ਪ੍ਰਚਾਰ ਹੋ ਚੁੱਕਾ ਜੀ ਤੇ ਸੰਗਤ ਵੀ ਪ੍ਰਚਾਰ ਕਰੀ ਆਪਣੇ ਆਪਣੇ ਲੈਵਲ ਤੇ ਨਾ ਸਾਰੇ ਕਰ ਰਹੇ ਜੀ ਕਿ ਨੇਕੀ ਦਾ ਕਾਰਜ ਹੈ ਜਿਹੜਾ ਤੇ ਸਾਰੇ ਆਪਣੀ ਸੇਵਾ ਨਿਭਾ ਰਹੇ ਇਹਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੀ ਦੇਖੋ ਜੀ ਫੁੱਲ ਦੀ ਖੁਸ਼ਬੂ ਤਾਂ ਵੰਡਣੀ ਮੰਡਣੀ ਆ ਫੁੱਲਰ ਦੀ ਖੁਸ਼ਬੂ ਆਣੀਓ ਹੀ ਆਣੀ ਆ ਇਹ ਉਹ ਫੁੱਲ ਆ ਜਿਵੇਂ ਜਿਵੇਂ ਕਾਰਜ ਵਧੀ ਜਾਣੇ ਜਿਵੇਂ ਜਿਵੇਂ ਦਿਨ ਵਧੀ ਜਾਣੇ ਸੰਗਤ ਦਾ ਹੋਰ ਵੱਧ ਤੋ ਵੱਧ ਇੱਥੇ ਪ੍ਰਚਾਰ ਆਪਣੇ ਆਪ ਹੋਈ ਜਾਣਾ ਕਿਉਂਕਿ ਮਾਲਕ ਦੀ ਬਖਸ਼ਿਸ਼ ਆ ਪਰਮੇਸ਼ਰ ਦਾ ਕਾਰਜ ਆ ਸਾਡਾ ਕਿਸੇ ਦਾ ਪਰਸਨਲ ਕਾਰਜ ਨਹੀਂ ਹੈ ਇੱਥੇ ਅਸੀਂ ਵੀ ਬੈਠੀਆਂ ਤਾਂ ਸਿਰਫ ਐਸ ਲਈ ਬੈਠੇ ਆ ਵੀ ਕੋਈ ਆਵੇ ਜੋ ਆਵੇ ਸੋ ਰਾਜੀ ਜਾਵੇ ਉਹਨੂੰ ਉਹਨੂੰ ਗਾਈਡ ਕੀਤਾ ਜਾ ਸਕੇ ਕਈ ਨਿਊਰੋ ਦੇ ਪੇਸ਼ੈਂਟਸ ਆਂਦੇ ਆ ਸਾਡੇ ਟਾਈਪਸਾਂ ਪੜੇ ਇੱਕ ਤੋਂ ਇੱਕ ਲੋਕੀ ਕਹਿੰਦਾ ਨਾ ਵੀ ਡਾਕਟਰੀ ਪੇਸ਼ੇ ਚਾਹ ਹੋ ਗਿਆ ਹੋ ਗਿਆ ਅਸੀਂ ਕਹਿੰਨੇ ਇੱਕ ਤੋਂ ਇੱਕ ਨੋਬਲ ਡਾਕਟਰ ਹੈ ਇੱਕ ਤੋਂ ਇੱਕ ਅਜਿਹੜਾ ਡਾਕਟਰ ਹੈ ਜਿਹੜਾ ਕਿ ਮਾਲਕ ਨੂੰ ਮੰਨਦਾ ਸਾਡੇ ਪੇਸ਼ੈਂਟਸ ਨੂੰ ਫ੍ਰੀ ਚ ਦੇਖਦੇ ਆ ਮੈਂ ਅਗਲਾ ਸਵਾਲ ਮੇਰਾ ਇਹ ਸੀਗਾ ਤੁਹਾਨੂੰ ਕਿ ਜੇਕਰ ਕੋਈ ਨਾ ਪੈਸੇ ਦੇ ਸਕੇ ਜਿੱਦਾਂ ਚਲੋ ਬਾਹਰ ਇਲਾਜ ਲਿਖਿਆ ਹੈ 450 ਚ ਵੀ ਕੀਤਾ ਜਾਂਦਾ ਹੈ 15000 20000 ਚ ਜਿਹੜੇ ਲਿਖੇ ਹੋਏ ਆ ਹੱਡੀਆਂ ਵਾਲੇ ਜੇਕਰ ਕੋਈ ਉਹ ਵੀ ਨਾ ਦੇ ਸਕੇ ਫਿਰ ਉਸ ਤੋਂ ਬਾਅਦ ਕੀ ਚੀਜ਼ ਹੈ ਰਾਜੇ ਉਹਦੇ ਚ ਤਾਂ ਆਲਰੇਡੀ ਇਹ ਸੇਵਾਵਾਂ ਮੈਂ ਇੱਕ ਨੂਰ ਸੇਵਾ ਕੇਂਦਰ ਕਰ ਹੀ ਰਿਹਾ ਹੈ ਇੱਕ ਨੂਰ ਨੇਕੀ ਦਾ ਹਸਪੀਟਲ ਚ 450 ਰੁਪਈਆ ਜੇ ਇਹ 450 ਕੋਈ ਨਹੀਂ ਦਿੰਦਾ ਤੇ ਉਹ ਪੇਸ਼ੈਂਟ ਦਾ ਚਲ ਜਾਂਦਾ ਇੱਕ ਨੂਰ ਸੇਵਾ ਕੇਂਦਰ ਚ 댓 मींस ਜਿਹੜਾ ਸੈਂਟਰ ਹੈ ਉੱਥੇ ਵੈਰੀਫਿਕੇਸ਼ਨ ਤੋਂ ਬਾਅਦ ਉਸ ਪੇਸ਼ੈਂਟ ਨੂੰ ਐਡਾਪਟ ਕਰ ਲਿਆ ਜਾਂਦਾ ਤੇ ਉਹਦੀ ਜਿਹੜੀ ਪੇਮੈਂਟ ਹੈ ਉਹ ਸੰਗਤ ਵੱਲੋਂ ਆਪਣੇ ਆਪ ਮੈਨੇਜ ਇਹ ਹੀ ਕਾਰਟੋ ਸਿਸਟਮ ਚੱਲ ਰਿਹਾ ਹੈ ਹੁਣ ਅੱਜ ਸਵੇਰੇ ਹੀ ਕਿਸੇ ਪੇਸ਼ੈਂਟ ਦਾ ਫੋਨ ਆ ਉਹਦੀ ਪਿੱਤੇ ਦੀ ਪੱਥਰੀ ਚ ਦਰਦ ਨਾਲ ਤੜਫ ਰਿਹਾ ਸੀ ਵਿਚਾਰ ਵਿਚਾਰੀ ਤੜਫ ਰਹੀ ਸੀ ਫਲੋਰ ਵਾਲੇ ਪਾਸੇ ਦੀ ਤੇ ਉਹਦਾ ਇਲਾਜ ਹੋਣਾ ਸੀ ਪਿੱਤੇ ਦੀ ਪੱਥਰੀ ਦਾ ਅਰਜੈਂਟਲੀ ਫਿਰ ਉਹ ਇਲਾਜ ਉਹਨਾਂ ਨੂੰ ਰੈਫਰ ਕਰਾਤਾ 18 ਤੋਂ 20000 ਰੁਪਏ ਚ ਪਿੱਤੇ ਦੀ ਪੱਥਰੀ ਦਾ ਇਲਾਜ ਹੋ ਗਿਆ ਤੇ ਉਹ ਉਹ ਇਲਾਜ ਹੁਣ ਉਹ ਪੇਮੈਂਟ ਉਹਨਾਂ ਨੂੰ ਕਿਹਾ ਕੁਝ ਪੈਸੇ ਤੁਸੀਂ ਕਿੰਨੇ ਦੇ ਸਕਦੇ ਉਹ ਕਹਿੰਦੇ ਵੀਰ ਜੀ ਸਾਡੇ ਕੋਲ ਤਾਂ 4-5000 ਰੁਪਏ ਮੈਂ ਕਿਹਾ ਤੁਸੀਂ 4-5 ਜੋ ਦੇ ਸਕਦੇ ਹੋ ਦੇ ਦਿਓ ਕਿਉਂਕਿ ਟੋਟਲੀ ਫ੍ਰੀ ਕਰੀਏ ਉਹ ਵੀ ਥੋੜੀ ਦਿੱਕਤ ਹੋ ਜਾਂਦੀ ਆ ਪਰ ਜੇ ਤੁਸੀਂ ਦੇ ਸਕਦੇ ਹੋ ਉਹਦੇ ਘਰ ਵਾਲੇ ਦਾ ਆਟੋ ਚਲਾਉਂਦਾ ਸੀ ਉਹ 4-5000 ਰੁਪਏ ਦਿੱਤਾ ਬਾਕੀ ਦਾ ਸੰਗਤ ਵੱਲੋਂ ਆ ਜਾਣਾ ਇਹਦਾ ਮਾਲਕ ਦਾ ਕਾਰਜ ਆ ਸੱਚ ਦੱਸਾਂ ਅੱਜ ਤੱਕ ਕੋਈ ਵੀ ਆਪਰੇਸ਼ਨ ਪੈਸਿਆਂ ਕਰਕੇ ਨਹੀਂ ਰੁਕਿਆ ਵੱਡੇ ਵੱਡੇ ਆਪਰੇਸ਼ਨ ਹੋਏ ਆ ਮੈਂ ਅੱਗੇ ਵੀ ਦੱਸਦਾ ਹਾਂ ਇੱਕ ਸਾਡੇ ਗੁਰੂ ਘਰ ਦੇ ਵਜ਼ੀਰ ਸਨ ਭਾਗ ਗ੍ਰੰਥੀ ਸਿੰਘ ਉਹਨਾਂ ਦਾ ਬੇਟਾ ਪਿਛਲੇ 7-8 ਸਾਲਾਂ ਤੋਂ ਚੂਲੇ ਦਾ ਜਿਵੇਂ ਚੂਲੇ ਦਾ ਟੁੱਟ ਗਿਆ ਚੂਲਾ ਹਨਾ ਤੇ ਮੰਜੇ ਤੇ ਪਿਆ ਸੀ ਉਹਦਾ ਇਲਾਜ ਨਹੀਂ ਸੀ ਉਹ ਪਾਇਆ ਕਿਉਂਕਿ ਪੈਸਿਆਂ ਕਰਕੇ 2.2 ਲੱਖ ਰੁਪਈਆ ਪ੍ਰਾਈਵੇਟ 'ਚ ਤਾਂ 3-4 ਲੱਖ ਰੁਪਈਆ ਮੰਗਦੇ ਆ ਇਕ ਨੂਰ ਕੋਲ ਜਦੋਂ ਪਤਾ ਲੱਗਿਆ ਉਸ پیشن ਨੂੰ ਚੁੱਕਿਆ ਉਹਨੂੰ ਪੀਜੀਆਈ ਤੇ ਪਟਿਆਲੇ ਤੋਂ ਸੌਰੀ ਕਰਾਇਆ ਉਹਨਾਂ ਦਾ ਆਪਰੇਸ਼ਨ 2 ਲੱਖ ਰੁਪਿਆ ਲੱਗਿਆ ਪਰ ਉਹ ਸਾਰਾ ਸੰਗਤ ਵੱਲੋਂ ਮਿਲ ਜੁਲ ਕੇ ਕਹਿੰਦਾ ਪਾਵ ਹੈ ਬਈ ਸੰਗਤ ਵੱਲੋਂ ਮਿਲ ਜੁਲ ਕੇ ਬਈ ਸਿੰਗਲ ਹੈਂਡਡ ਵੀ ਕੈਨ ਡੂ ਸਮਥਿੰਗ ਬਟ ਟੁਗੇਦਰ ਵੀ ਕੈਨ ਡੂ ਐਨੀਥਿੰਗ ਏਵਰੀਥਿੰਗ ਇਕੱਠੇ ਆਪਾਂ ਰਲ ਮਿਲ ਕੇ ਕਰ ਸਕਦੇ ਆ ਤੇ ਕਿਉਂ ਨਾ ਹਮਲਾ ਮਾਰੀਏ ਇਕ ਨੂਰ ਇੱਕ ਸਿਰਫ ਇੱਕ ਪਲੇਟਫਾਰਮ ਹੈ ਆਓ ਆਪਾਂ ਸਾਰੇ ਆਪਣੇ ਆਪਣੇ ਅਲ ਮਿਲ ਕੇ ਆਪਣੇ ਹਿੱਸੇ ਦੀ ਨੇਕੀ ਕਰੀਏ ਉਸ ਬੱਚੇ ਦਾ ਨਾ ਜਦੋਂ ਆਪਰੇਸ਼ਨ ਹੋ ਗਿਆ ਉਹਨੇ ਜਦੋਂ ਆਪਣੀ ਵੀਡੀਓ ਬਣਾ ਕੇ ਭੇਜੀ ਤੁਰਦਿਆਂ ਦੀ ਉਹ ਜਿਹੜੋ ਲੈ ਕੇ ਚੱਲ ਇਟ ਵਾਸ ਅਮੇਜ਼ਿੰਗ ਤੇ ਉਹਦਾ ਜਿਹੜਾ ਸਕੂਨ ਸੀ ਉਹ ਕੁਝ ਦੱਸਣ ਵਾਲੀਆਂ ਚੀਜ਼ਾਂ ਤੋਂ ਨਾਲ ਨੇ ਉਹ ਤਾਂ ਮਾਲਕ ਦੀ ਗੱਲ ਆ ਉਹ ਪਰਮੇਸ਼ਰ ਦਾ ਕਾਰਜ ਆ ਉਸ ਪਰਿਵਾਰ ਦਾ ਦੇਖੋ ਕਿੰਨੀ ਖੁਸ਼ੀ ਹੋਣੀ ਹੈ ਐਵੇਂ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੁੰਦੇ ਆ ਉਹ ਜਿਹਨੂੰ ਦੇਖਣ ਤੁਸੀਂ ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਦੇਖੋ ਵੀ ਜ਼ਿੰਦਗੀ ਕੀ ਆ ਜ਼ਿੰਦਗੀ ਕੁਝ ਨਹੀਂ ਰਹਿ ਜਾਂਦੀ ਤਾਂ ਜਿਹੜਾ ਉਪਰ ਆ ਲੱਗੀ ਤਾਂ ਮੈਂ ਜ਼ਰੂਰ ਥੋੜਾ ਟਰ ਬਰੀਫ ਚ ਜਾਨਣਾ ਚਾਹਾਂਗੀ ਕਿ ਉਹ ਜਿਹੇ ਇਲਾਜ ਕਿਤੇ ਜਾਂਦੇ ਨੇ ਕਿ ਕੀ ਟਾਈਮਿੰਗਸ ਨੇ ਕਿ ਲੋਕ ਉਸ ਸਮੇਂ ਪਹੁੰਚ ਸਕਣ ਹਾਂ ਜੀ ਇੱਥੇ ਨਾ ਜਿਹੜੀਆਂ ਸਾਡੇ ਕੋਲ ਸੇਵਾਵਾਂ ਚੱਲਦੀਆਂ ਐ ਐਮ ਡੀ ਮੈਡੀਸਨ ਡਾਕਟਰ ਨੇ ਜਿਹੜੇ ਮੈਡੀਸਨ ਦੇ ਜਿੰਨੇ ਵੀ ਬਿਮਾਰੀਆਂ ਦੇ ਰੂਟੀਨ ਵਾਲੀਆਂ ਬਿਮਾਰੀਆਂ ਦੇ ਉਹਨਾਂ ਦਾ ਦੇਖਦੇ ਨੇ ਉਹਨਾਂ ਨੂੰ ਤੇ ਨਾਲ ਇੱਥੇ ਇੱਕ ਵਰਲਡ ਕਲਾਸ ਜਿੱਦਾਂ ਵੀ ਜੀ ਦੱਸਿਆ ਕਿ ਐਸ ਪੀ ਸਿੰਘ ਉਬਰਾਈ ਜੀ ਜਿਹੜੇ ਦੁਬਈ ਵਾਲੇ ਨੇ ਉਹਨਾਂ ਨੇ ਸਾਨੂੰ ਲੈਬ ਦਿੱਤੀ ਐ ਉਹ ਚ ਸਾਰੇ ਤਕਰੀਬਨ ਆਲਮੋਸਟ ਟੈਸਟ ਹੈਗੇ ਨੇ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਜੋ ਰეკਮੈਂਡ ਕਰਦੇ ਨੇ ਉਹ ਟੈਸਟ ਹੋ ਜਾਂਦੇ ਨੇ ਤੇ ਨਾਲ ਅਸੀਂ ਇੱਕ ਡੈਲਸ ਸੈਂਟਰ ਬਣਾਇਆ ਜਿਹੜਾ ਇੱਥੇ ਹੈਗਾ ਤੇ ਫਾਰਮੇਸੀ ਹੈ ਜਿਹੜੀ ਵੀ ਲਗਤਮੁੱਲ ਤੇ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਆਦਰਸ ਜਿਹੜੇ ਕੋਈ ਵੀ ਸਾਡੇ ਕੋਲ ਇਨਕੁਆਰੀਆਂ ਆndੀਆਂ ਜਾਂ ਜਿਹੜੇ ਕੋਈ ਟ੍ਰੀਟਮੈਂਟ ਆ ਉਹ ਸਾਡੇ 25 ਆਪਸ ਨੇ ਜਿੱਦਾਂ ਸਾਰਾ ਦੱਸ ਹੀ ਚੁੱਕੇ ਤੁਹਾਨੂੰ ਉਹ ਮਤਲਬ ਬਹੁਤ ਹੀ ਘੱਟ ਰੇਟਾਂ ਤੇ ਮਤਲਬ ਜਿਹੜੇ ਸਾਡੇ ਐਮਓ ਜੀ ਸਾਈਨ ਹੋਏ ਹੋਏ ਨੇ ਤੇ ਪੇਸ਼ੈਂਟ ਉਹਦਾ ਬਹੁਤ ਹੀ ਬੈਨੀਫਿਟ ਹੁੰਦਾ ਜੀ ਹਾਂਜੀ ਕੋਈ ਸਮਾਂ ਇਹ ਹੋ ਜਾ ਕਿ ਕਿੰਨੇ ਕਿੰਨੇ ਤੋਂ ਕਿੰਨੇ ਵਿੱਚ ਲੋਕ ਪਹੁੰਚ ਜਿਹੜੀ ਇੱਥੇ ਓਪੀਡੀ ਦਾ ਟਾਈਮਿੰਗ ਹੈ ਜੀ ਉਹ ਸਵੇਰੇ ਸਰਦੀਆਂ ਦੇ ਵਿੱਚ 10 ਤੋਂ 2 ਵਜੇ ਤੱਕ ਹੈ ਜੀ ਤੇ ਜਦੋਂ ਆਪਣਾ ਗਰਮੀਆਂ ਆਉਂਦੀਆਂ ਨੇ ਉਹਦੇ ਵਿੱਚ ਜਿਹੜਾ ਟਾਈਮ 9 ਤੋਂ 2 ਵਜੇ ਤੱਕ ਹੈ ਜੀ ਮੈਂ ਜੀ ਕਹਾਂਗੀ ਕਿ ਤੁਸੀਂ ਆਪਣਾ ਇੱਕ ਨੰਬਰ ਵੀ ਬੋਲ ਦਿਵੋ ਤੇ ਜ਼ਰੂਰ ਇਹ ਲੋਕੇਸ਼ਨ ਕਿੱਥੇ ਪੈਂਦੀ ਹੋਵੇ ਦੱਸ ਦਿਓ ਦੇਖੋ ਜੀ ਇਹ ਦਾ ਹੈਲਪਲਾਈਨ ਨੰਬਰ ਹੈ 98764 ਤੇਰਾ ਇੱਕ ਸੋ ਦੁਬਾਰਾ ਕਵਾਂਗਾ 9876413100 ਐਦਾ ਜਿਹੜਾ OPD ਦੇ ਟਾਈਮਿੰਗ ਆਪ ਜੀ ਨੂੰ ਦੱਸ ਹੀ ਦਿੱਤੀ ਹੈ ਜਿਹੜਾ ਮਕਸਦ ਹੈ ਜਿਹੜਾ ਕਹਿਣ ਦਾ ਉਹ ਇਹੀ ਹੈ ਕਿ ਆਓ ਆਪਾਂ ਰਲ ਮਿਲ ਕੇ ਸਾਰਿਆਂ ਦਾ ਇਲਾਜ ਕਰਾ ਸਕੀਏ ਇੱਕ ਧੂਮੇ ਦਾ ਪਹਾੜ ਬਣਿਆ ਹੋਇਆ ਆਪਾਂ ਇਹਦਾ ਹੱਲ ਕੱਢ ਸਕਦੇ ਹਾਂ ਤੇ ਬਾਕੀ ਇਹ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਉਹਦੇ ਕੋਲ ਹੀ ਹੈ ਜੀ ਇਹ ਸਥਾਨ ਜਦੋਂ ਆਪ ਜੀ ਗੁਰਦੁਆਰਾ ਮੰਨਦੀ ਸਾਹਿਬ ਆਲਮ ਕੀ ਰਾਉਂਗੇ ਆਪ ਜੀ ਨੂੰ ਆਪਣੇ ਆਪ ਪਤਾ ਲੱਗ ਜਾਣਾ ਬੋਰਡ ਵੀ ਲੱਗੇ ਹੋਏ ਨੇ ਤੇ ਬਹੁਤ ਬਹੁਤ ਬਖਸ਼ਿਸ਼ ਹੈ ਆਪ ਜੀ ਆਪ ਆਓ ਗੁਰੂ ਸਾਹਿਬ ਨੇ ਆਪ ਤੁਹਾਡਾ ਇਲਾਜ ਕਰਾ ਦੇਣਾ ਸੱਚੇ ਬਾਦਸ਼ਾਹ ਬਹੁਤ ਬਹੁਤ ਚੰਗਾ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਲੋਕ ਆਪਣੇ ਕੰਮਾਂ ਵਿੱਚ ਫਸੇ ਹੋਏ ਨੇ ਲੋਕਾਂ ਦੇ ਵਿੱਚ ਇਹ ਨਾ ਮਿੱਥਾ ਕਿ ਦੁਨੀਆ ਬਹੁਤ ਖਰਾਬ ਆ ਪਰ ਇਹੋ ਜਿਹੇ ਵੀ ਲੋਕ ਨੇ ਇਹੋ ਜੀਆਂ ਤੁਹਾਡੇ ਵਰਗੀਆਂ ਰੂਹਾਂ ਨੇ ਜੋ ਲੋਕਾਂ ਦਾ ਭਲਾ ਚਾਹੁੰਦੀਆਂ ਨੇ ਕਿੰਨੇ ਕਿਸੇ ਕਮਾਂਗੀ ਸੰਸਥਾ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਸੰਗਤ ਜੁੜੀ ਹੋਈ ਹੈ ਜੀ ਕਾਫੀ ਦੇਖੋ ਜਿਹੜੇ ਐਕਟਿਵ ਬੱਚੇ ਐਕਟਿਵ ਵੋਲੰਟੀਅਰਸ ਹੈ ਉਹ ਵੀ 25 ਤਾਂ ਹੈ ਹੀ ਆ ਜਿਹੜੇ ਕਿ ਬਹੁਤ ਐਕਟਿਵ ਆਪਣਾ ਘਰ-ਬਾਰ ਛੱਡ ਕੇ ਆਪਣੇ ਕੰਮਕਾਰਜੋਂ ਸਮਾਂ ਕੱਢ ਕੇ ਕੁਛ ਨਾ ਕੁਛ ਸਮਾਗਿਕ ਕਿਰਦਾਂ ਉਸ ਤੋਂ ਇਲਾਵਾ ਸਾਡੇ WhatsApp ਤੇ ਗਰੁੱਪ ਬਣੇ ਹੋਏ ਆ ਸਾਡੇ ਹੈਲਪਲਾਈਨ ਜਿਹੜੀ ਏਕਨੂਰ ਸੇਵਾ ਕੇਂਦਰ ਦੀ ਹੈਲਪਲਾਈਨ ਹੈ ਦੋ ਹੈਲਪਲਾਈਨਾਂ ਚੱਲਦੀਆਂ ਇੱਕ ਏਕਨੂਰ ਸੇਵਾ ਕੇਂਦਰ ਦੀ ਹੈਲਪਲਾਈਨ ਜੇ ਆਪ ਜੀ ਨੇ ਮੈਂਬਰ ਬਣਨਾ ਦੇ ਉਸ ਨੰਬਰ ਤੇ ਮੈਸੇਜ ਕਰੋ 99152 40112 9915254112 ਉਹਦੇ ਤੇ ਆਪ ਜੀ ਵਟਸਐਪ ਵੀ ਕਰ ਸਕਦੇ ਹੋ ਮੈਸੇਜ ਕਰੋ ਆਪ ਜੀ ਮੈਂਬਰ ਬਣ ਸਕਦੇ ਹੋ ਮੈਂਬਰ ਬਣ ਕੇ ਤੁਹਾਨੂੰ ਗਰੁੱਪ ਚ ਪਾ ਦਿੱਤਾ ਜਿਵੇਂ ਕਿਸੇ ਦੇ ਐਕਸੀਡੈਂਟ ਹੁੰਦਾ ਉਹਦੇ ਲੋਡ ਆ 15-20000 ਰੁਪਏ ਖਰਚਾ ਅਸੀਂ ਗਰੁੱਪ ਚ ਪਾ ਦਿੰਨੇ ਆ ਤੇ ਜਿੰਨੇ ਮੈਂਬਰ ਟੋਟਲ 10 ਗਰੁੱਪ ਆ 10 ਗਰੁੱਪ ਸਮਝੋ ਵੀ 2000 ਬੰਦਾ ਉਹਨਾਂ ਗਰੁੱਪਸ ਵਿੱਚ ਹੈ ਜਦੋਂ ਉਸ ਗਰੁੱਪ 'ਚ ਅਸੀਂ ਮੈਸੇਜ ਪਾਨੇ ਆ ਵੀ ਆ ਬੰਦੇ ਦਾ ਐਕਸੀਡੈਂਟ ਹੋ ਗਿਆ ਨੂੰ ਲੋਡ ਆ 15000 ਦੀ 5000 ਦੀ 20000 ਦੀ ਤੇ ਗੱਲ ਹੋਈ ਆ ਕਿਸੇ ਨੇ 500 ਪਾਇਆ ਕਿਸੇ ਨੇ 1000 ਰੁਪਏ ਕਿਸੇ ਨੇ 2000 ਰੁਪਏ ਕਿਸੇ ਨੇ 10000 ਰੁਪਏ ਉਸ ਬੰਦੇ ਦਾ ਆਪਰੇਸ਼ਨ ਹੋ ਜਾਂਦਾ ਇਲਾਜ ਹੋ ਜਾਂਦਾ ਇੱਕ ਯੂਨੀਕ ਜਿਹਾ ਕਨਸੈਪਟ ਆ ਵੀ ਆਪਾਂ ਰਲ ਮਿਲ ਕੇ ਸਾਰੇ ਮਿਲ ਕੇ ਉਹ ਕਹਿੰਦੇ ਨਾ ਆਓ ਕਰੀਏ ਕੁਝ ਖਾਸ ਬਣਈਏ ਨਿਆਸਰਿਆਂ ਦੀ ਆਸ ਤੇ ਉਹਦੇ ਚ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ ਪਰਮਾਤਮਾ ਦੀਆਂ ਖੁਸ਼ੀਆਂ ਲਈਏ ਜੋ ਕਿ ਅਸਲ ਜਿਹੜੀ ਕਹਿੰਦੇ ਹਨ ਬਈ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਉਹਨੂੰ ਆਪਾਂ ਐਪਲਾਈ ਕਰ ਸਕਦੇ ਆ ਤੁਸੀਂ ਜਿੱਥੇ ਵੀ ਰਹਿੰਦੇ ਹੋ ਆਪਣੇ ਕਮਾਕਾਰਾਂ ਚ ਵੀ ਰਹਿਣੇ ਸਮਾਂ ਨਹੀਂ ਕੱਢ ਸਕਦੇ ਕੋਈ ਗੱਲ ਨਹੀਂ ਬਟ WhatsApp ਤੇ ਜੇ ਤੁਸੀਂ ਦੇਖ ਸਕਦੇ ਹੋ ਤੇ WhatsApp ਤੇ ਤੁਸੀਂ ਉਸ ਮੈਸੇਜ ਨੂੰ ਅੱਗੇ ਫਾਰਵਰਡ ਕਰ ਸਕਦੇ ਹੋ ਜਾਂ ਉਹਦੇ ਚ ਆਪਣੀ ਕੰਟਰੀਬਿਊਸ਼ਨ ਪਾਣੀ ਪਾ ਸਕਦੇ ਹੋ ਦੇਖੋ ਤੁਸੀਂ ਘਰ ਬੈਠੇ ਕਿਸੇ ਦਾ ਇਲਾਜ ਕਰਾ ਸਕਦੇ ਹੋ ਕਿੰਨੀ ਵੱਡੀ ਗੱਲ ਹੈ ਸਾਡੀ ਤਾਂ ਕੋਸ਼ਿਸ਼ ਹੈ ਇਸ ਹਸਪੀਟਲ ਨੂੰ ਇੱਕ ਜਿਵੇਂ ਸਿਵਲ ਹਸਪੀਟਲ ਚ ਲੋਕੀ ਪਰੋਸੇ ਨਾਲ ਜਾਂਦੇ ਆ ਉਹਦਾ 10-20 ਰੁਪਏ ਚ ਟੈਸਟ ਹੋ ਜਾਣ 10-20 ਰੁਪਏ ਚ ਪਰਚੀ ਹੋ ਜਾਏ 10-20 ਰੁਪਏ ਚ ਦਵਾਈਆਂ ਮਿਲ ਜਾਣ ਤਿਆਗ ਲਾਇਕ ਗਰੀਬ ਆਦਮੀ ਲੋੜਵੰਦ ਆਦਮੀ ਦਾ ਇਲਾਜ ਹੋ ਸਕੇ ਉਹ ਨੂੰ ਤਕਲੀਫ ਤੋਂ ਨجات ਮਿਲ ਸਕੇ ਆਰਾਮ ਮਿਲ ਸਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਗਲਵਰ ਕਰਕੇ ਸ਼ੁਕਰੀਆ ਬਹੁਤ ਬਹੁਤ ਤੁਸੀਂ ਵੀ ਸੁਣਾ ਹੈਗਾ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਇਆ ਕਿ ਕੀ ਬਾਤ ਹੈ ਕੀ ਵੱਡਾ ਉਪਰਾਲਾ ਕੀਤਾ ਤੇ ਇੰਨੀ ਸੰਗਤ ਨਾਲ ਜੁੜੀ ਹੋਏ ਦੇਖ ਸਕਦੇ ਹੋ ਅੱਜ ਇੱਕ ਤਿੰਨ ਮੰਜ਼ਲੀ ਜਿਹੜਾ ਹਸਪਤਾਲ ਖੁੱਲ ਚੁੱਕਾ ਤੇ ਹੋਰ ਵੀ ਮੈਂ ਕਹਾਂਗੀ ਬਹੁਤ ਸਾਰੀ ਸੇਵਾ ਇੱਥੇ ਪਹੁੰਚਦੀ ਰਹੇ ਤੇ ਇਲਾਜ ਜਿਹੜਾ ਹੈ ਮਰੀਜ਼ਾਂ ਦਾ ਉਹ ਹੁੰਦਾ ਰਹੇ ਸਮੇਂ-ਸਮੇਂ ਸਿਰ ਤੇ ਤੁਹਾਨੂੰ ਲੋਕੇਸ਼ਨ ਵੀ ਪੂਰੀ ਪਤਾ ਚੱਲ ਗਿਆ ਆਲਮਗੀਰ ਸਾਹਿਬ ਦੇ ਕੋਲ ਇਹ ਪੈਂਦਾ ਵੈ ਤੇ ਤੁਸੀਂ ਕਿਤੇ ਵੀ ਦੇਖ ਸਕਦੇ ਹੋ ਬਾਹਰ ਬੋਰਡਸ ਲੱਗੇ ਹੋਏ ਨੇ ਈਜ਼ੀਲੀ ਜਿਹੜਾ ਤੁਸੀਂ ਇੱਥੇ ਪਹੁੰਚ ਸਕਦੇ ਹੋ ਨੰਬਰ ਵੀ ਤੁਹਾਡੀ ਸਕਰੀਨ ਤੇ ਦਿੱਤਾ ਹੈ ਜੇ ਕਿਸੇ ਨੇ ਮੈਂਬਰ ਵੀ ਬੰਨਣਾ ਤਾਂ ਉਸ ਲਈ ਵੀ ਨੰਬਰ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਬਿਲਕੁਲ ਕਹਾਂਗੀ ਕਿ ਮੈਨੂੰ ਉੱਥੇ ਪਹੁੰਚ ਕੇ ਬਹੁਤ ਚੰਗਾ ਲੱਗਿਆ ਕਿ ਵਾਹ ਐਹੋ ਜੀਆਂ ਵੀ ਰੂਹਾਂ ਨੇ ਜੋ ਲੋਕਾਂ ਦੇ ਲਈ ਜੀ ਰਹੀਆਂ ਨੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਬਹੁਤ ਪਸੰਦ ਆਏਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀ ਜਾਣਕਾਰੀ ਹੈ ਲੋਕਾਂ ਤੱਕ ਵੱਧ ਤੋਂ ਵੱਧ ਜੜੀ ਪਹੁੰਚ ਸਕੇ ਇਸੇ ਦੇ ਨਾਲ ਬਣੇ ਪੰਜਾਬ న్యూਸ ਦੇ ਨਾਲ ਧੰਨਵਾਦ